ਮੈਂ ਇੱਕ ਦਿਨ ਕਵੀ ਗਿਰਧਰ ਰਾਏ ਦੀ ਕੁੰਡਲਨੀਆਂ ਪੜ ਰਿਹਾ ਸੀ ਇੱਕ ਮਹਾਨ ਕਵੀ ਹੋਇਆ ਬ੍ਰਿਜ ਭਾਸ਼ਾ ਦਾ ਸੰਤ ਕਵੀ ਸੀ ਜੰਗਲ ਦੇ ਚੋਂ ਲੰਘਿਆ ਜਾ ਰਿਹਾ ਸੀ ਪੱਤ ਜੜਦੀ ਰੁੱਤ ਪੱਤੇ ਜੜ ਰਹੇ ਸੰਨ ਉਹਨੇ ਫਿਰ ਪੱਤੇ ਦੀ ਫਰਿਆਦ ਲਿਖੀ ਹੈ ਬਾਤ ਉਡੰਤਾ ਬੋਲਿਆ ਸੁਣ ਤਰ ਵਰ ਬਨਰਾਏ ਅਬ ਕੇ ਵਿਛੜੇ ਕਬ ਮਿਲੈ ਦੂਰ ਪਰੇਂ ਜਾਈ ਬਿਛੜ ਗਇਆ ਤੈਥੋਂ ਟੁੱਟ ਗਇਆ ਇਹ ਹਵਾ ਬਹੁਤ ਦੂਰ ਲੈ ਜਾਏਗੀ ਫਿਰ ਕਦੋਂ ਮਿਲਣਾ ਹੋਵੇਗਾ ਸਤਗੁਰਾਂ ਨੇ ਪਤ ਝੜ ਦੀ ਰੁੱਤ ਪੱਤੇ ਦਾ ਟੁੱਟਣਾ ਮਨੁਖ ਦਾ ਸਤ ਸੰਗ ਤੋਂ ਟੁੱਟਣਾ ਦੱਸਿਆ ਕਵੀ ਗਿਰਧਰ ਰਾਏ ਪੱਥੇ ਦਾ ਟੁੱਟਣਾ ਮਨੁਖ ਦਾ ਸੰਸਾਰ ਤੋਂ ਪਰਿਵਾਰ ਤੋਂ ਟੁੱਟਣਾ ਦੱਸਦਾ ਮਰਨ ਲੱਗਿਆ ਟੁੱਟਣ ਲੱਗਿਆ ਟੁੱਟ ਰਿਹਾ ਜੁੜਿਆ ਹੋਇਆ ਸੀ ਸੰਸਾਰ ਨਾਲ ਅੱਜ ਟੁੱਟ ਰਿਹਾ ਜੁੜਿਆ ਸੀ ਪਰਿਵਾਰ ਨਾਲ ਅੱਜ ਟੁੱਟ ਰਿਹਾ ਕਵੀ ਗਿਰਧਨ ਇੰਜ ਲੈਂਦੇ ਨੇ ਪਾਤ ਉਡੰਤਾ ਬੋਲਿਆ ਸੁਣ ਤਰਵਰ ਬਨਰਾਏ ਅਬ ਕੇ ਵਿਛੜੇ ਕਬ ਮਿਲੈ ਦੂਰ ਪਰ엥ਗੇ ਜਾ ਹੁਣ ਦੇ ਵਿਛੜੇ ਕਦੋਂ ਮਿਲਾਬ ਹੋਵੇਗਾ ਅਗੇ ਤਰਵਰ ਬੋਲਿਆ ਦਰਖਤ ਬੋਲਿਆ ਅਗੇ ਤਰਵਰ ਬੋਲਿਆ ਸੁਣਾ ਬਾਤ मम ਬਾਤ ਅਮਰੋ ਇਹੀ ਸੁਆਵ ਹੈ ਇਕ ਆਵਤ ਇਕ ਜਾਤ ਸਾਡਾ ਇਹ ਸੁਆਇ ਤੋ ਗਏ ਹੋ ਲਗ ਜਾਣਗੇ ਮਰੇ ਹੋਰ ਜਨਮ ਹੋਵੇਗਾ ਇਥੇ ਸੰਸਾਰ ਆਉਣਾ ਜਾ ਤੇਰੀ ਲੋੜ ਨਹੀਂ ਇਥੇ ਹੋਰ ਪੱਤੇ ਲੱਗਣਗੇ ਮਨੁੱਖ ਦੇ ਮਰਦੇ ਆ ਸੰਸਾਰ ਨਹੀਂ ਮਰ ਜਾਂਦਾ ਖਲਾ ਨਹੀਂ ਰਹਿੰਦੀ ਕੁਦਰਤ ਖਲਾ ਨਹੀਂ ਰਹਿਣ ਦੇ ਇਹਨੂੰ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਨੇ ਅੱਗੇ ਦੇਖੋ ਡੋ ਜਲੇ ਪਾਛੇ ਹਰੇ ਅੰਗੂਰ ਮਰਗੜ ਘਾੜ ਤੇ ਰਿਸ਼ਤੇਦਾਰ ਗਏ ਨੇ ਅਰਥੀ ਜਲਾ ਕੇ ਆਏ ਨੇ ਲਾਸ਼ ਜਲਾ ਕੇ ਆਏ ਨੇ ਘਰ ਦੇ ਚ ਇੱਕ ਬੱਚੇ ਦਾ ਜਨਮ ਹੋਇਆ ਪਾਛੇ ਹਰਿਓ ਅੰਗੂਰ ਅਗੇ ਦੇਖੋ ਡੋ ਜਲੇ ਇੱਕ ਨੂੰ ਫੋਕ ਕੇ ਆਏ ਨੇ ਇੱਕ ਦਾ ਜਨਮ ਕਵੀ ਗਿਰਦਰ ਠੀਕ ਕਹਿ ਰਿਹਾ ਪਾਤ ਉਡੰਤਾ ਬੋਲਿਆ ਸੁਣ ਤਰ ਵਰ ਬਨ ਰਾਏ ਅਬ ਕੇ ਵਿਛੜੇ ਕਬ ਮਿਲੇ ਦੂਰ ਪਰੇਂਗੇ ਜਾਏ ਆਗੇ ਸਰਵਰ ਬੋਲੇ ਆ ਸੁਣੋ ਪਾਤ ਮਮ ਬਾਤ ਅਮਰੋ ਇਹੀ ਸੁਆਵ ਹੈ ਇੱਕ ਆਵਤ ਇੱਕ ਜਾਤ ਤੂੰ ਚਲਾ ਗਏ ਹੋਰ ਲਗਣ ਗਏ ਸੰਸਾਰ ਖਾਲੀ ਨਹੀਂ ਹੋਵੇਗਾ ਤੇਰੇ ਜਾਣ ਨਾਲ ਕੋਈ ਦਰਖਤ ਨੇ ਨਹੀਂ ਮਿਟ ਜਾਣਾ ਹੋਰ ਪੱਤੇ ਲਗਣਗੇ ਤਵੇ ਨਾ ਸਮਝ ਤੇਰੀ ਜਗਾ ਖਾਲੀ ਰਹੇਗੀ ਤੂੰ ਜਿੱਥੋਂ ਝੜਿਆ ਉਥੇ ਹੋਰ ਲਗੇਗਾ ਮਨੁੱਖ ਸਮਝਦਾ ਮੈਂ ਨਾ ਰਿਹਾ ਤੇ ਪਤਾ ਨਹੀਂ ਕੀ ਹੋਵੇਗਾ ਫਿਰ ਮੈਨੇ ਕਿ ਸੱਜਣ ਦੀ ਗੱਲ ਪੁੱਲਦੀ ਨਹੀਂ ਉਹ ਮੈਨੂੰ ਕਹਿਣ ਲੱਗਾ ਗੈਣੇ ਜੀ ਜੇ ਮੈਂ ਨਾ ਆਉਂਦਾ ਜਲੂਸ ਨਹੀਂ ਨਿਕਲਣਾ ਸੀ ਮਹਾਰਾਜ ਲਈ ਪਾਲਕੇ ਨਿਕਲਣੇ ਸੀ ਮੈਨੂੰ ਕਾਲਜ ਗੁਰਦੁਆਰੇ ਲੈ ਜਾ ਰਿਹਾ ਸੀ ਦੂਜੀ ਫਿਰ ਰਸਤੇ ਜੋ ਹੋਰ ਵੀ ਬੜਾ ਮਾਰ ਲਗਾ ਗੈਣੇ ਜੀ ਮੈਂ ਨਾ ਆਉਂਦਾ ਕਦੋਂ ਦਾ ਸਕੂਲ ਬੰਦ ਹੋ ਜਾਣਾ ਸੀ ਮੈਂ ਬੜੀ ਮਿਹਨਤ ਕੀਤੀ ਹੋਂ ਬਸੇ ਨਾਇਕ ਕੀਤਾ ਹੋਰ ਗੁਰਦੁਆਰੇ ਦੇ ਨੇੜੇ ਆਇਆ ਹੈ ਨਾ ਤੇ ਮੈਨੂੰ ਕਹਿਣ ਲੱਗੇ ਗੈਣੀ ਜੀ ਜੇ ਮੈਂ ਨਾ ਆਉਂਦਾ ਜੋੜਾ ਖਾਨਾ ਨਹੀਂ ਬਣਨਾ ਸੀ ਮੈਂ ਲੜ ਜਗੜ ਕੇ ਮਨਜ਼ੂਰੀ ਦਿਵਾਈ ਹੈ ਇਹ ਜਗ੍ਹਾ ਦਿਵਾਈ ਹੈ ਮੈਂ ਨਾ ਆਉਂਦਾ ਤੇ ਜੋੜਾ ਖਾਨਾ ਨਹੀਂ ਬਣਨਾ ਸੀ ਮੈਂ ਕਹੇ ਸ਼ੁਕਰ ਹੈ ਤੁਸੀਂ ਇਹ ਨਹੀਂ ਆਖਿਆ ਮੈਂ ਨਾ ਆਉਂਦਾ ਤੇ ਸੂਰਜ ਕਿਵੇਂ ਨਿਕਲਣਾ ਸੀ ਇਹ ਤੇ ਉਹ ਸਮਾਈ ਵਾਲੀ ਗੱਲ ਐ ਨਾ ਪਿੰਡ ਵਾਸੀਆਂ ਨਾਲ ਕਿਦਰੇ ਝਗੜਾ ਹੋਇਆ ਤੇ ਰੁਸ ਕੇ ਚਲੀ ਆਪਣਾ ਮੁਰਗਾ ਲੈ ਜਾ ਰਹੀ ਸੀ ਪਿੰਡ ਵਾਸੀਆਂ ਨੂੰ ਪਤਾ ਸੀ ਇਹਦਾ ਮੁਰਗਾ ਬਾਂਗ ਦਿੰਦਾ ਤੇ ਸਵੇਰ ਆਉਂਦੀ ਹੈ ਹੁਣ ਕੌਣ ਪਿੰਡ ਵਾਸੀਆਂ ਨੂੰ ਦੱਸੇ ਸਵੇਰ ਆਉਂਦੀ ਹੈ ਤਾਂ ਮੁਰਗਾ ਬਾਂਗ ਲੈਂਦਾ ਮੁਰਗਾ ਬਾਂਗ ਦਿੰਦਾ ਇਸ ਕਰਕੇ ਸਵੇਰ ਨਹੀਂ ਆਉਂਦੀ ਸਵੇਰ ਆਉਂਦੀ ਹੈ ਤਾਂ ਮੁਰਗਾ ਬਾਂਗ ਦਿੰਦਾ ਜਦ ਪਿੰਡ ਵਾਸੀਆਂ ਨਾਲ ਝਗੜਾ ਹੋ ਗਿਆ ਆਪਣਾ ਮੁਰਗਾ ਲੈ ਕੇ ਚੱਲਣ ਲੱਗੇ ਤੇ ਆਖਣ ਲੱਗੇ ਹੁਣ ਇੱਥੇ ਕਦੀ ਦਿਨ ਹੋਣਾ ਨਹੀਂ ਹੁਣ ਮੈਨੂੰ ਯਾਦ ਕਰੋਗੇ ਮੈਂ ਚਲੀ ਆਂ ਅੰਧੇਰੇ ਵਿੱਚ ਵੜਕੋਗੇ ਦੂਜੇ ਪਿੰਡ ਚਲੀ ਗਈ ਮਾਈ ਨੂੰ ਭਲੇਖਾ ਹੋ ਗਿਆ ਉਹਨਾਂ ਦੇਰੇ ਵਿੱਚ ਵਟਕਣਗੇ ਔਰ ਉੱਥੇ ਕਦੀ ਦਿਨ ਨਹੀਂ ਆਏਗਾ ਯਕੀਨ ਜਾਣੋ ਹਰ ਹੰਕਾਰੀ ਮਰਨ ਲੱਗਿਆ ਸੋਚਦਾ ਕਿਵੇਂ ਸੰਸਾਰ ਚਲੇਗਾ ਕਿਵੇਂ ਪਰਿਵਾਰ ਚਲੇਗਾ ਕਹੇ ਉਹ ਕੰਮ ਹੋਵੇਗਾ ਕਿਵੇਂ ਉਹ ਕੰਮ ਹੋਵੇਗਾ ਉਹ ਕੌਣ ਦੱਸੇ ਤੈਨੂੰ ਨਸੀहत ਨਾ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕੀਤੀ ਗਈ ਦੇਖਵਾਜੇ ਵਜਾਏ ਵਹੀ ਇਹ ਕਹ ਰਹੀ ਸੀ ਜੋ ਸਾਚਾ ਖੁਦਾ ਹੈ ਮੈਂ ਵੀ ਕਿਦਰੇ ਉਹਨੂੰ ਕਹਿ ਬੈਠਾ ਮੈਂ ਕਿ ਤੂੰ ਮਰ ਕੇ ਦੇਖ ਗੁਰਦੁਆਰੇ ਵੀ ਬਣਦੇ ਰਹਿਣਗੇ ਸਕੂਲ ਵੀ ਚੱਲਦੇ ਰਹਿਣਗੇ ਜੋੜੇ ਖਾਨੇ ਵੀ ਬਣਦੇ ਰਹਿਣਗੇ ਲੰਗਰ ਵੀ ਚੱਲਦਾ ਰਹੇਗਾ ਜੇਕੀਨ ਜਾਣੋ ਦੂਜੇ ਦਿਨ ਮੈਨੂੰ ਲੈਣ ਵਾਸਤੇ ਹੀ ਨਹੀਂ ਆਇਆ ਇਨੂੰ ਟੈਕਸੀ ਕਰ ਨਹੀਂ ਪਈ। ਔਖਾ ਹੋ ਗਿਆ। ਔਖਾ ਹੋ ਗਿਆ। ਮਨੁੱਖ ਨੂੰ ਐਵੇਂ ਭੜੇ ਖਾਇ ਮੈਂ ਨਾ ਹੋਵੇ ਤਾਂ ਇਹ ਕੰਮ ਕਿਵੇਂ ਹੋਏਗਾ? ਮੈਂ ਨਾ ਹੋਵਾਂ ਤਾਂ ਇਹ ਕੰਮ ਕਿਵੇਂ ਹੋਏਗਾ? ਇਹ ਸ਼ੁਕਰ ਹੈ ਜੇ ਇਹ ਨਹੀਂ ਕਹਿੰਦਾ ਜੇ ਮੈਂ ਨਾ ਹੋਇਆ ਸੂਰਜ ਕਿਵੇਂ ਨਿਕਲੇਗਾ? ਸੂਰਜ ਕਿਵੇਂ ਚੜੇਗਾ? ਸਭ ਕੁਝ ਹੁੰਦਾ ਰਹਿੰਦਾ ਹੈ। ਕੁਦਰਤ ਖਲਾ ਨਹੀਂ ਰੱਖਦੀ। ਮਨੁੱਖ ਨੂੰ ਐਵੇਂ ਪ੍ਰਾਂਤੀ ਹੈ। ਸਤਿਗੁਰੂ ਕਹਿੰਦੇ ਨੇ ਪੱਤਰ ਭੁਰ ਜੇ ਜੜੀਆਂ ਨਾ ਜੜੀਆਂ। ਪੇੜ ਸੰਪਤਾ ਨਾਮ ਬਿਹੋਨ ਬਿਖਮਤਾ ਨਾਨਕ ਬਹੰਤ ਜੌਨ ਬਾਸਰੋ ਰੈਣੀ ਜਿਵੇਂ ਪਤ ਝੜਦੇ ਰੋਤੇ ਚ ਪਤਾ ਦਰਖਤ ਨਾਲੋਂ ਝੜ ਜਾਂਦਾ ਹੈ ਤੇ ਪਵਨ ਦੂਰ ਦੁਰਾਡੇ ਲੈ ਜਾਂਦੀ ਹੈ ਫਟਕਾਂਦੀ ਹੈ ਉਸ ਨੂੰ ਟੁੱਟ ਕੇ ਭਟਕਦਾ ਇਸ ਤਰ੍ਹਾਂ ਜਿਹੜਾ ਮਨੁੱਖ ਸਤ ਸੰਗ ਤੋਂ ਟੁੱਟ ਜਾਂਦਾ ਹੈ ਪ੍ਰਭੂ ਦੇ ਨਾਮ ਤੋਂ ਟੁੱਟ ਜਾਂਦਾ ਹੈ ਵਾਸ਼ਨਾ ਦੀ ਬਵਨ ਪਤਨੇ ਕਿਤਨੇ ਜਨਮਾਂ ਚ ਪੰਦੀਏ ਨਾ ਉਹਨੇ ਇੱਕ ਬਹੰਤ ਜੌਨ ਬਾਸਰੋ ਰਹਿਣੀ ਪਤਾ ਨਹੀਂ ਕਿਤਨੀਆਂ ਜੋਨਾ ਚ ਧੱਕੇ ਖਾਵੇ ਨਾਮ ਬਹੋਂ ਬਖਮਤਾ ਨਾਨਕ ਬਹੰਤ ਜੌਨ ਬਾਸਰੋ ਰਹਿਣੀ ਅਗਲੇ ਵੀਕ ਦੋ ਸਲੋਕ ਸਰਵਨ ਕਰ ਲੋ ਇੱਕ ਦਫਾ ਪਿਆਰ ਨਾ ਰੱਖੋ ਸਤ ਨਾਮ ਸ੍ਰੀ ਵਾਹਿਗੁਰੂ ਪੜਦੇ ਹੋ ਜੀ ਹੌਲੀ ਸਾਥ ਸੁਨੇੜ ਭਾਵਨੇ ਸਾਧ ਸੰਗੈ ਲਬੰਤੰ ਬੜ ਭਾਗਣੇ ਸਤ ਸੰਗ ਲੱਗ ਗਿਆ ਠੀਕ ਹੈ ਖੁਸ਼ਕਿਸਮਤੀ ਹੈ ਪਰ ਸਭ ਤੋਂ ਵੱਡੀ ਖੁਸ਼ਕਿਸਮਤੀ ਇਹ ਭਰੋਸਾ ਬਣਿਆ ਪ੍ਰਭੂ ਤੇ ਪਰਮਾਤਮਾ ਤੇ ਭਾਵਨਾ ਆਈ ਹੈ ਪੂਰਨ ਭਾਗਾਂ ਦੀ ਗੱਲ ਇਹ ਹੈ ਇਸ ਚੱਕਰ ਵਿੱਚ ਨਾਮ ਪਹਿਣਾ ਜੋ ਸਾਰੇ ਮੰਦਰ ਮਸਜਿਦ ਗੁਰਦੁਆਰੇ ਜਾਂਦੇ ਨੇ ਉਹਨਾਂ ਦਾ ਖੁਦਾ ਭਗਵਾਨ ਗੁਰੂ ਤੇ ਭਰੋਸਾ ਨਹੀਂ ਪੂਰਾ ਭਰੋਸਾ ਨਹੀਂ ਹੁੰਦਾ ਥੋੜਾ ਜਿਹਾ ਹੁੰਦਾ ਕਿਸੇ ਦਾ 10% ਦੀ ਕਿਸੇ ਦਾ 20% ਦੀ ਕਿਸੇ ਦਾ 30% ਦੀ ਔਰ ਕਈ ਵਾਰ ਭਰੋਸਾ ਬਣਦਾ ਤੇ ਟੁੱਟਦਾ ਵੀ ਹੈ ਮਨ ਭਾਵ ਦੀ ਗੱਲ ਬਣ ਗਈ ਗੁਰੂ ਤੇ ਭਰੋਸਾ ਜਦੋਂ ਵੱਧ ਗਿਆ ਨਹੀਂ ਬਣੀ ਤੇ ਮਾੜਾ ਮੋੜਾ ਬਣਿਆ ਵੀ ਟੁੱਟ ਜਾਂਦਾ ਹੈ ਜੀਵਨ ਭਰ ভরোসা বনਦਾ ਹੈ ਟੁੱਟਦਾ ਹੈ ਬਣਦਾ ਵੀ ਥੋੜਾ ਜਿਹਾ ਥੋੜਾ ਜਿਹਾ ਭਰੋਸਾ ਸਾਨੂੰ ਇੱਥੇ ਲਿਆਂਦਾ ਕੁਸਤਾਖੀ ਮਾਫ ਥੋੜਾ ਜਿਹਾ ਭਰੋਸਾ ਮਨੁੱਖ ਨੂੰ ਪੂਜਾ ਪਾਠ ਤੇ ਮਜਬੂਰ ਕਰਦਾ ਹੈ ਪੂਰਨ ਭਰੋਸਾ ਨਹੀਂ ਹੈ ਅਗਰ ਪੂਰਾ ਭਰੋਸਾ ਹੋ ਜਾਏ ਸਹਿਬ ਕਹਿੰਦੇ ਜਾਂ ਕੇ ਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟਾ ਉਸੇ ਵਕਤ ਬ੍ਰह्म ਗਿਆਨ ਪ੍ਰਗਟ ਹੋ ਜਾਏਗਾ ਉਹ ਸਮਾਧੀ ਈਨ ਹੋ ਜਾਏਗਾ ਉਸੇ ਵਕਤ ਸਮਾਧੀ ਈਨ ਇਦਾ ਮਤਲਬ ਹੈ ਪਾਠ ਕਰਦੇ ਪਿਆ ਸਮਾਧੀ ਨਹੀਂ ਲੱਗੀ ਭਰੋਸਾ ਡੋਲਦਾ ਤੇ ਨਹੀਂ ਤੇ ਨੈਮ ਕਰਦੇ ਪਿਆ ਅੰਮ੍ਰਿਤ ਵੇਲੇ ਉਠਿਆ ਗੁਰਦੁਆਰੇ ਆਇਆ ਅੰਦਰੋਂ ਭਰੋਸਾ ਡੋਲਦਾ ਹੈ ਤੇ ਸਹੀ ਭਰੋਸਾ ਪਰ ਡੋਲਦਾ ਹੈ ਇਸੇ ਵਾਸਤੇ ਅਰਦਾਸ ਕਰਨੀ ਪੈਂਦੀ ਹੈ ਡੋਲਨ ਤੇ ਰੱਖੋ ਪ੍ਰਭੂ ਕੀ ਡੋਲਦਾ ਭਰੋਸਾ ਡੋਲਦਾ ਡੋਲਨ ਤੇ ਰੱਖੋ ਪ੍ਰਭੂ ਨਾਨਕ ਦਇਆ ਕਰwidehat ਮਹਾਰਾਜ ਕਹਿੰਦੇ ਬਹੁਤ ਵੱਡਿਆਂ ਭਾਗਾਂ ਦੇ ਨਿਸ਼ਾਨੇ ਸਮਝ ਕਿ ਭਾਵਨੇ ਸਾਧ ਸੰਗਤ ਗੁਰੂ ਤੇ ਬਰੋਸਾ ਵੱਜ ਜਾਏ ਤੂੰ ਜੋ ਕੁਛ ਕਹਿਣਾ ਠੀਕ ਹੈ ਬਚਨ ਗੁਰੂ ਜੋ ਪੂਰੇ ਕਿਆ ਮੈਂ ਛੇਕ ਗਾਠਰੀ ਬਾਂਦਾ ਪੱਲੇ ਬੰਗਦੇ ਗਾਵੇ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਲੇ ਪਰ ਭਰੋਸਾ ਡੋਲਦਾ ਹੈ ਮਹਾਰਾਜ ਕਹਿੰਦੇ ਜਿਸ ਦਾ ਵੀ ਇਹ ਭਰੋਸਾ ਪੂਰਾ ਬਜ ਗਿਆ ਹੈ ਭਾਵਨਾ ਸਰਦਾ ਪੂਰੀ ਬਜ ਗਈ ਹੈ ਭਾਵਨੇ ਸਾਧ ਸੰਗਹਿ ਲਭੰਤੰ ਬੜ ਭਾਗਣੇ ਇਹ ਵਡਿਆਂ ਭਾਗਾ ਅਨਸਾਰ ਪ੍ਰਾਪਤੀ ਹੁੰਦੀ ਇੱਕ ਦਿਨ ਗੁਰਦੁਆਰੇ ਆਇਆ 15 ਦਿਨ ਨਹੀਂ ਇੱਕ ਦਿਨ ਅੰਮ੍ਰਿਤ ਵੇਲੇ ਉਠਿਆ ਮਹੀਨਾ ਵਰ ਨਹੀਂ ਦੋ ਦਿਨ ਨਿਤਨੇਮ ਕੀਤਾ ਹਫਤਾ ਨਹੀਂ ਇਹ 10% ਦੀ 5% ਦੀ ਭਰੋਸੇ ਦਾ ਮਨੁੱਖ ਹੈ ਜ਼ਿਆਦਾ ਨਹੀਂ ਇਹ ਨਹੀਂ ਹੈ ਔਰ ਜ਼ਿਆਦਾ ਤਾਦਾਦ ਇਹਨਾਂ ਦੀ ਹੈ ਪੂਰਾ ਭਰੋਸਾ ਨਹੀਂ ਹੈ ਇੱਕ ਦਿਨ ਕੀਤਾ ਨਿਤਨੇਮ ਦੂਜੇ ਦਿਨ ਨਹੀਂ ਕੀਤਾ ਕਿਉਂਕਿ ਭਰੋਸਾ ਨਹੀਂ ਟੁੱਟ ਗਿਆ ਇੱਕ ਦਿਨ ਗੁਰਦੁਆਰੇ ਆਇਆ ਦੂਜੇ ਦਿਨ ਨਹੀਂ ਯਕੀਨ ਜਾਨੋ ਸਹੀ ਮੈਂ ਇਹਨਾਂ ਪੂਰਨ ਰੂਪ ਵਿੱਚ ਉਸ ਦਿਨ ਸਮਝ ਲਓ ਇਹ ਮਨੁੱਖ ਗੁਰਦੁਆਰੇ ਆਇਆ ਭਰੋਸਾ ਪੂਰਾ ਜਿਸ ਦਿਨ ਭਰੋਸਾ ਪੂਰਾ ਸਮਾਧੀ ਲੱਗ ਜਾਏ ਪਰਮ ਅਨੰਦ ਦੀ ਪ੍ਰਾਪਤੀ ਹੋ ਜਾਏਗੀ ਭਾਵਨੇ ਸਾਧ ਸੰਗਹਿ ਲਭੰਤੰਗ ਬੜ ਭਾਗਣੇ ਵੜਿਆ ਭਾਗਾ ਅਨਸਾਰ ਭਾਵਨਾ ਦੀ ਪ੍ਰਾਪਤੀ ਹੁੰਦੀ ਹੈ ਸ਼ਰਧਾ ਦੀ ਪ੍ਰਾਪਤੀ ਹੁੰਦੀ ਹੈ ਠੀਕ ਹੈ ਸਤ ਸੰਗ ਮਿਲ ਗਿਆ ਆ ਗਿਆ ਮਨੁੱਖ ਪਰ ਭਾਵਨਾ ਪੂਰੀ ਬਣ ਜਾਏ ਇਹ ਵੜਿਆ ਭਾਗਾ ਦੇ ਨਿਸ਼ਾਨੇ ਹੈ ਖੁਸ਼ਕਿਸਮਤੀ ਦੇ ਨਿਸ਼ਾਨੇ ਹੈ ਦੂਜੀ ਪੰਕਤੀ ਆਪ ਸਰਵਨ ਕਰੋ ਹਾਂ ਜੀ ਜਿਸ ਦੇ ਅੰਦਰ ਇਹ ਭਾਵਨਾ ਪੂਰੀ ਵੱਜ ਜਾਂਦੀ ਏ ਉਹ ਹਰੀ ਨਾਮ ਦਾ ਬਾਰ ਬਾਰ ਉਚਾਰਨ ਕਰਦਾ ਹੈ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ ਸੰਸਾਰ ਦੀ ਕੋਈ ਲਹਿਰ ਉਸ ਨੂੰ ਡੋਬ ਦੇ ਨਹੀਂ ਸੰਸਾਰ ਦੀ ਕੋਈ ਲਹਿਰ ਉਸ ਨੂੰ ਗਰਕ ਨਹੀਂ ਕਰਦੀ ਇੱਕ ਸ਼ਲੋਕ ਅਗਲਾ ਹੋਰ ਸਰਵਨ ਕਰ ਲਓ ਹਾਂਜੀ ਆਖਾ ਕੂ ਅਪਾਰੰ ਸੰਕੇਸ਼ਲਾ ਜਨ ਹੈ ਕੀਚੋ ਗਾਥਾ ਹੈ ਪ੍ਰਭੂ ਦੀ ਕਥਾ ਹੈ ਗੂੜ ਹੈ ਗੂੜ ਕਹਿੰਦੇ ਨੇ ਗਹਿਰੀ ਏ ਬਾਰੀਕ ਹੈ ਦੁਨੀਆ ਵਿੱਚ ਕਈ ਮਜ਼ਮੂਨ ਨੇ ਪੜੇ ਜਾਂਦੇ ਨੇ ਪੜਾਏ ਜਾਂਦੇ ਨੇ ਸਕੂਲ ਨੇ ਕਾਲਜ ਨੇ ਯੂਨੀਵਰਸਿਟੀਜ਼ ਨੇ ਇਹ ਠੀਕ ਹੈ ਕਿਸੇ ਵੀ ਕਾਲਜ ਸਕੂਲ ਦੇ ਵਿੱਚ ਧਰਮ ਦਾ ਮਜ਼ਮੂਨ ਨਹੀਂ ਪੜਾਇਆ ਜਾਂਦਾ ਕਹਿੰਦੇ ਨੇ ਲੋੜ ਨਹੀਂ ਹੈ ਮੈਂ ਕਹਿੰਦਾ ਨਾ ਬਾਰੀ ਕਿਤਨਾ ਹੈ ਪੜਾਣ ਵਾਲੇ ਪੜਾ ਨਹੀਂ ਸਕਦੇ ਕੀ ਪ੍ਰਿੰਸੀਪਲ ਨੂੰ ਪਤਾ ਹੈ ਧਰਮੰ ਕੀ ਹੁੰਦਾ ਕੀ ਪ੍ਰੋਫੈਸਰ ਨੂੰ ਪਤਾ ਕੀ ਟੀਚਰ ਨੂੰ ਨਹੀਂ ਪਤਾ ਅਗਰ ਧਰਮ ਸਕੂਲ ਦੇ ਚ ਨਹੀਂ ਪੜਾਇਆ ਜਾਂਦਾ ਇਹਦਾ ਇਹ ਮਤਲਬ ਨਹੀਂ ਉਹਦੀ ਲੋੜ ਨਹੀਂ ਧਰਮ ਪੜਾਉਣ ਦੀ ਸਮਰੱਥਾ ਨਹੀਂ ਹੈ ਇਤਨੀ ਸੋਝ ਨਹੀਂ ਤੇ ਧਰਮ ਪੜ੍ਹ ਸਕੇ ਕੋਈ ਮਨੁੱਖ ਐਸਾ ਸ਼ੌਕ ਵੀ ਨਹੀਂ ਹੈ ਉਮੈਸੀ ਅਕਲ ਵੀ ਨਹੀਂ ਹੈ ਬਾਰੀਕ ਅਕਲ ਦਾ ਮਨੁੱਖ ਪੜਾ ਸਕਦਾ ਹੈ ਔਰ ਸ਼ਰਧਾ ਭਾਵਨਾ ਵਾਲਾ ਪੜ ਸਕਦਾ ਹੈ ਇਹ ਦੋਵੇਂ ਨਹੀਂ ਨੇ ਤਾਂ ਸਕੂਲ ਹਰ ਤਰ੍ਹਾਂ ਦੀ ਵਿਦਿਆ ਦੇ ਰਹੇ ਨੇ ਕਾਲਜ ਹਰ ਤਰ੍ਹਾਂ ਦਾ ਗਿਆਨ ਦੇ ਰਹੇ ਨੇ ਸਿਰਫ ਪ੍ਰਮਾਤਮਾ ਦਾ ਗਿਆਨ ਨਹੀਂ ਜਦ ਕਿ ਸਭ ਤੋਂ ਪਹਿਲੇ ਪ੍ਰਮਾਤਮਾ ਦਾ ਗਿਆਨ ਹੋਣਾ ਚਾਹੀਦਾ ਹੈ ਇਹ ਨਹੀਂ ਹੈ ਬਾਕੀ ਹਰ ਤਰ੍ਹਾਂ ਦੀ ਸੋਚ ਸਮਝ ਯੂਨੀਵਰਸਿਟੀਆਂ ਤੋਂ ਮਿਲ ਰਹੀ ਹੈ ਕੋਲ ਜਾਂ ਤਾਂ ਮਿਲ ਰਹੀ ਹੈ ਸਕੂਲਾਂ ਤਾਂ ਮਿਲ ਰਹੀ ਹੈ ਨਹੀਂ ਸਮਝ ਮਿਲ ਰਹੀ ਤੇ ਕੇਵਲ ਪਰਮਾਤਮਾ ਦੀ ਹਰ ਤਰ੍ਹਾਂ ਦੀ ਸਮਝ ਦੇਣ ਵਾਲੇ ਮੌਜੂਦ ਨੇ ਪ੍ਰੋਫੈਸਰ ਟੀਚਰ ਦੇ ਰਹੇ ਨੇ ਇਸ ਤਰ੍ਹਾਂ ਦਾ ਮਨੁੱਖ ਜੋ ਪ੍ਰਭੂ ਦੀ ਸਮਝਦੇ